ਹੁਣ ਅਸੀਂ ਆਨੇ ਆਪਣੇ ਅਗਲੇ ਕਾਲਰ ਨਾਲ ਹੈਲੋ 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 ਹਾਂਜੀ ਹਰਜਾਪ ਸਿੰਘ ਬੰਗਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਨਾ ਉਰੇ ਯੂਕੇ ਦੇ ਵਿੱਚ ਕੀ ਕਹਿੰਦੇ ਨੇ ਲਾਸਟ ਈਅਰ ਆਇਆ ਸੀ 2008 ਦੇ ਵਿੱਚ ਹਾਂ ਤੇ ਮੈਰਿਜ ਬੇਸ ਤੇ ਆਇਆ ਸੀ ਮੇਰੀ ਵਾਈਫ ਉਰੇ ਦੇ ਨੇ ਬੋਰਨ ਨੇ ਹਾਂ ਤੇ ਮੇਰੇ ਕੋ ਇੱਕ ਬੇਬੀ ਵੀ ਹੋਇਆ ਆ ਵੀ ਯਾਨੀ ਕਿ ਲਾਸਟ ਈਅਰ ਦੇ ਵਿੱਚ ਠੀਕ ਹੈ ਤੇ ਮੈਂ ਗੱਲ ਇਹ ਆ ਵੀ ਮੇਰੇ ਮਦਰ ਨੇ ਇੰਡੀਆ ਵਿੱਚ ਹਾਂ ਤੇ ਉਹ ਹਨ ਗਵਰਨਮੈਂਟ ਜੌਬ ਕਰ ਰਹੇ ਨੇ ਅੱਛੀ ਉਹਨਾਂ ਦੀ ਸੈਲਰੀ ਆ ਠੀਕ ਹੈ ਤੇ 3 ਸਾਲ ਦੀ ਉਹਨਾਂ ਦੀ ਜੌਬ ਪਈ ਆ ਹਜੇ 4 ਸਾਲ ਦੀ ਹਾਂ ਤੇ ਉਹਨਾਂ ਨੂੰ ਜਿਵੇਂ ਮੈਂ ਹੁਣੇ ਤੁਹਾਡੇ ਤੋਂ ਹੁਣੇ ਦੋ ਕਾਲ ਮੈਂ ਸੁਣ ਕੇ ਹਟਿਆ ਵੀ ਤੁਸੀਂ ਆਪਣੇ ਘਰ ਦੇ ਨਹੀਂ ਬੁਲਾ ਸਕਦਾ ਵੀ ਵੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਵਿਜ਼ਟਰ ਤੌਰ ਤੇ ਨਾ ਮੰਗਾਓ ਜੇ ਤੁਸੀਂ ਪੱਕੇ ਕਰਾਉਣੇ ਆ ਹਾਂ ਠੀਕ ਹੈ ਨਾ ਜਿਵੇਂ ਮੈਂ ਵੀ ਕੱਲਾ ਹੀ ਵੀ ਜਾਨੀ ਕਿ ਮੁੰਡਾ ਆ ਆਪਣੇ ਮਦਰ ਦਾ ਹਾਂ ਤੇ ਕੀ ਕਹਿੰਦੇ ਨੇ ਹੋਰ ਮੇਰਾ ਕੋਈ ਬ੍ਰਦਰ ਸਿਸਟਰ ਨਹੀਂ ਨਾ ਮੇਰੇ ਫਾਦਰ ਨੇ ਭਾਈ ਇੱਥੇ ਹੀ ਟੋਕ ਦਿੰਦਾ ਕਿਉਂਕਿ ਮੈਂ ਤੈਨੂੰ ਕਿਉਂਕਿ ਗੱਲ ਹੋ ਰਿਹਾ ਤੁਹਾਡੇ ਕੇਸ ਵਿੱਚ ਤੁਹਾਡੀ ਮਦਰ ਕੋ ਹੈਗੀ ਸਰਕਾਰੀ ਜੌਬ ਹਾਂਜੀ ਉਹਦੇ ਕੋਲ ਇੱਕ ਪੀਐਫ ਹੋਣਾ ਅੱਛਾ ਜੀ ਜੀਪੀਐਫ ਜੋ ਕਿ ਤੁਹਾਡੇ ਲਈ ਹਾਂਜੀ ਜੀਪੀਐਫ ਫੰਡ ਹਾਂਜੀ ਹਾਂਜੀ ਉਹ ਉਹ ਹੀ ਮਿਲਣੀ ਉਹਨੂੰ ਪੈਨਸ਼ਨ ਹਾਂਜੀ ਨਾਲੇ ਪੀਐਫ ਮਿਲਣਾ ਪੈਨਸ਼ਨ ਲੱਗਣੀ ਸਾਰੀ ਉਮਰ ਦੀ ਠੀਕ ਆ ਹਾਂਜੀ ਜੀ ਰਾਈਟ ਉਹਦੇ ਵਿੱਚ ਕੋਈ ਬਚਣਾ ਨਹੀਂ ਉਹ ਬਚ ਨਹੀਂ ਸਕਦੇ ਉਹਦੇ ਵਿੱਚ ਇਹ ਦੱਸਣਾ ਔਖਾ ਹੋ ਜਾਣਾ ਕਿ ਮੇਰੇ ਹਾਲਾਤ ਬੱਤਰ ਆ ਨਹੀਂ ਨਹੀਂ ਜਿਵੇਂ ਪ੍ਰੋਬਲਮ ਹੈ ਇਹ ਆਪਦੀ ਜਿਵੇਂ ਇੱਕ ਤਾਂ ਸਾਨੂੰ ਔਖਾ ਆ ਉਰੋਂ ਜਾਣਾ ਜਿਵੇਂ ਅਸੀਂ ਬਿਜ਼ਨਸ ਵੀ ਲੈਣਾ ਆ ਛੇਤੀ ਉਹ ਲੈ ਲੈਣਾ ਬਸ ਹਾਂ ਸਾਰੇ ਰੂਲ ਇਕੱਠੇ ਸੈਟੀਸਫਾਈ ਕਰਨੇ ਪੈਣੇ ਆ ਚੱਲ ਠੀਕ ਆ ਉਹ ਕੱਲੇ ਆ ਠੀਕ ਆ 65 ਸਾਲ ਤੋਂ ਉੱਤੇ ਆ ਹਾਂ ਜਦੋਂ 65 ਸਾਲ ਤੋਂ ਉੱਤੇ ਆ ਉਦੋਂ ਅਪਲਾਈ ਕਰੇਗੀ ਪਰ ਉਹ ਜਿਹੜਾ ਤੂੰ ਆਮਦਨੀ ਦਾ ਕੀ ਕਰੂੰਗਾ ਉਹਨਾਂ ਨੇ ਕਹਿਣਾ ਆਮਦਨੀ ਤਾਂ ਹੈਗੀ ਇਹਦੇ ਕੋਲ ਉਹ ਮਿਟਣੀ ਨਹੀਂ ਸਰਕਾਰੀ ਜੌਬ ਆ ਉਹ ਸਾਰੀ ਉਮਰ ਰਹਿਣੀ ਆ ਉੱਥੇ ਤੈਨੂੰ ਰਿਫਿਊਜ਼ ਕਰ ਦੇਣਾ ਇਹਨਾਂ ਨੇ ਇੱਕ ਵਾਰੀ ਰਿਫਿਊਜ਼ ਹੋ ਗਿਆ ਸੈਟਲਮੈਂਟ ਵਿੱਚ ਉਹਨੂੰ ਵਿਜ਼ਟਰ ਵੀ ਨਹੀਂ ਆਉਣ ਦੇਣਾ ਕੰਡੀਸ਼ਨਾਂ ਲਾਗੂ ਹੋਣ ਤਾਂ ਵੀਜ਼ਾ ਦੇਣਾ ਉਹਨਾਂ ਨੇ ਇਹ ਨਹੀਂ ਕਿ 7 ਚੋਂ ਹੀ 2 ਹੋਣ ਲਾਗੂ ਜਾਂ 4 ਹੋਣ ਇੱਕ ਇੱਕ ਚੀਜ਼ ਸਹੀ ਹੋਣੀ ਚਾਹੀਦੀ ਉਹਦੇ ਵਿੱਚ ਤਾਂ ਉਹਦੇ ਵਿੱਚ ਉਹਦੇ ਫਾਈਨੈਂਸ਼ੀਅਲ ਜਿਹੜਾ ਕੰਡੀਸ਼ਨ ਆ ਨਾ ਜੇ ਤੋ ਹੁੰਦੀ ਪਿੰਡ ਚ ਰਾਈਟ ਤੇ ਉਹ ਖੇਤੀਬਾੜੀ ਕਰਦੇ ਰਾਈਟ ਉਹਨਾਂ ਨੂੰ ਕੋਈ ਪੈਨਸ਼ਨਾਂ ਦਾ ਨਹੀਂ ਵਗੈਰਾ ਤਾਂ ਉਹ ਵੱਖਰੀ ਗੱਲ ਆ ਭਾਜੀ ਪਰ ਇਹਦੇ ਵਿੱਚ ਇਹ ਆ ਕਿ ਕੋਈ ਸਰਕਾਰੀ ਜੌਬ ਆ ਇਹ ਨਹੀਂ ਮਿਟਣਾ ਕੰਮ ਮਲਟੀਪਲ ਵਿਜ਼ਟਰ ਵੀਜ਼ੇ ਲਵਾ ਲਓ ਜਿਹੜਾ ਕੀ ਕਹਿੰਦੇ ਨੇ 2 ਸਾਲ ਵਾਲਾ ਜਾਂ 5 ਸਾਲ ਵਾਲਾ ਉਹ ਆਈ ਜਾਈ ਜਾਣ ਜਿੱਦਾਂ ਆਪਣੀ ਮਰਜ਼ੀ ਹੋਊਗੀ 6-6 ਮਹੀਨੇ ਰਹੀ ਜਾਣ ਤੁਹਾਡੇ ਕੋਲ ਉਹ ਭਾਜੀ ਬੈਸਟ ਆ ਇਹਦਾ ਹੱਲ ਇਹ ਆ ਠੀਕ ਹੈ ਹਾਂ ਕਿਉਂ ਇਹਨਾਂ ਨੇ ਕਿਉਂ ਉਹ ਤੁਹਾਡੀ ਗੱਲ ਬਣਨੀ ਨਹੀਂ ਨਾ ਇਹ ਚੀਜ਼ਾਂ ਲੁਕੋ ਹੋਣੀਆਂ ਸਰਕਾਰੀ ਜੌਬ ਦੀਆਂ ਵਗੈਰਾ ਜੇ ਕਿਤੇ ਉਹਨਾਂ ਨੇ ਦੇਖ ਲਿਆ ਕਿ ਗਲਤ ਲੁਕਾਉਣ ਦੀ ਕੋਸ਼ਿਸ਼ ਕੀਤੀ ਆ ਕੋਈ ਵੀ ਫੜ ਲਈ ਨਾ ਗਲਤ ਗੱਲ 10 ਸਾਲ ਦਾ ਚੱਕ ਕੇ ਬੈਨ ਲਾ ਦੇਣਾ ਉਹਨਾਂ ਨੇ ਤੇ ਇਹ ਕੋਈ ਤੁਹਾਡੀ ਪੋਜੀਸ਼ਨ ਵਿੱਚ ਕੋਈ ਕਰਨ ਦਾ ਫਾਇਦਾ ਨਹੀਂ ਭਾਜੀ ਇਹਨੂੰ ਵਿਸਟ ਵੀ ਲਾ ਲਓ ਆਉਂਦੇ ਜਾਂਦੇ ਰਹਿਣ ਵਧੀਆ ਰਹੂਗਾ ਜਾਣਕਾਰੀ ਦਊਗੇ
ਤੇ ਇੱਕ ਮੈਂ ਤੁਹਾਨੂੰ ਹੋਰ ਪੁੱਛਣਾ ਸੀ, ਮੇਰਾ ਇੱਕ ਫਰੈਂਡ ਆ ਉਰੇ, ਕਹਿੰਦੇ ਕੋਈ ਲੰਡਨ ਐਮਪਾਇਰ ਕਾਲਜ ਐਡਮਿਸ਼ਨਾਂ ਖੁੱਲੀਆਂ ਨੇ ਉਹ। ਭਾਈ ਉਹ ਕਿਸੇ ਦਾ ਕਾਲਜ ਨਹੀਂ ਲੈਣਾ ਕੱਲ, ਉਹ ਮੈਂ ਉਹਦੇ ਬਾਰੇ ਨਹੀਂ ਮੈਂ ਤੁਹਾਨੂੰ ਦੱਸ ਸਕਦਾ। ਮੈਨੂੰ ਕੀ ਪਤਾ ਕਿਹੜੀ ਕਾਲਜ ਸਹੀ ਆ ਜਾਂ ਨਹੀਂ, ਮੈਂ ਕਹਿੰਦਾ ਉੱਥੇ ਜਾ ਕੇ ਇੰਸਪੈਕਸ਼ਨ ਕਰਦਾ ਰਿਹਾ। ਮੈਨੂੰ ਤਾਂ ਇੰਨਾ ਹੀ ਪਤਾ ਕਿ ਜੇ ਇੱਥੇ ਪੜ੍ਹਨਾ ਤੁਸੀਂ ਤਾਂ ਮੇਰੇ ਖਿਆਲ ਨਾਲ ਸਾਰੇ ਕੋਰਸ ਅੰਗਰੇਜ਼ੀ 'ਚ ਹੁੰਦੇ ਆ, ਠੀਕ ਹੈ ਜੀ, ਰਾਈਟ। ਇੱਥੇ ਕੋਈ ਖੁਸ਼ੀ ਰਾਮ ਤਾਂ ਆਉਂਦਾ ਨਹੀਂ ਫਲੋਰ ਤੋਂ ਪੜ੍ਹਾਉਣਗੇ, ਇਹ ਪੰਜਾਬੀ ਮੀਡੀਅਮ 'ਚ ਤੁਹਾਨੂੰ ਸਾਰੇ ਲੈਕਚਰ ਦੇਈ ਜਾਵੇ, ਇੰਨੀ ਕੁ ਗੱਲ ਤਾਂ ਤੁਹਾਨੂੰ ਪਤਾ ਆ, ਬਾਕੀ ਤੁਸੀਂ ਆਪੇ ਦੇਖ ਲਓ। ਅੱਛਾ ਫਿਰ ਇੱਕ ਗੱਲ ਤੁਹਾਨੂੰ ਮੈਂ ਹੋਰ ਪੁੱਛਣੀ ਚਾਹੁੰਦਾ ਸੀ ਵੀ ਜਿਵੇਂ ਆਪਾਂ ਮਲਟੀਪਰਪਜ਼ ਪੀਜ਼ਾ ਲਗਾ ਲੈਂਦੇ ਹਾਂ, ਹੈ ਨਾ ਜੀ, ਤੇ ਉਸ ਤੋਂ ਬਾਅਦ ਜਦੋਂ 65 ਸਾਲ ਟੱਪਣ ਫਿਰ ਅਪਲਾਈ ਕਰ ਸਕਦੇ ਹਾਂ? ਫਿਰ ਵੀ ਭਾਜੀ ਉਹੀ ਪ੍ਰੋਬਲਮਸ ਪੈਣੇ, ਰੂਲ ਤਾਂ ਉਹੀ ਆ। ਚਲੋ ਠੀਕ ਹੈ, ਥੈਂਕ ਯੂ। ਓਕੇ ਜੀ, ਓਕੇ, ਥੈਂਕ ਯੂ ਜੀ। ਇੱਕ ਗੱਲ ਕਰਦੇ, ਚਾਰ ਗੱਲਾਂ ਪੁੱਛ ਲਈਆਂ, ਤਾਂ ਹੁਣ ਆਪਣੇ ਅਗਲੇ ਕਾਲਰ ਵੱਲ ਚੱਲੀਏ। ਅਤੇ ਅੱਛਾ ਠੀਕ ਹੈ, ਉਹ ਵੀ ਵਿਚਾਰੇ ਆਖ ਕੇ ਰੱਖ ਦਿੱਤਾ, ਉਹ ਵੀ ਅਗਲੇ ਹਫ਼ਤੇ ਤੁਹਾਨੂੰ ਫੋਨ ਕਰਾਂਗੇ ਅਸੀਂ, ਤਾਂ ਅਗਲੇ ਹਫ਼ਤੇ ਦੇ ਸ਼ੋਅ ਵਿੱਚ ਕਰਾਂਗੇ।